ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ 'ਤੇ। ਅਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਨਿਕਲ ਕੇ ਆ ਚੁੱਕਾ ਪੰਜਾਬ ਦੇ ਕੈਂਡੀਡੇਟਸ ਦੇ ਲਈ। ਬਹੁਤ ਵਧੀਆ ਅਪੋਰਚੁਨਿਟੀ ਹੈ। ਕਿੱਦਾਂ ਤੁਸੀਂ ਅਪਲਾਈ ਕਰਨਾ ਅਤੇ ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਮੈਂ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਅਤੇ ਇਸੇ ਦੇ ਨਾਲ ਬਾਕੀ ਵੈਕੈਂਸੀਜ਼ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੁਸੀਂ ਕੀ ਕਰਨਾ ਹੈ ਜੀ, ਉਹਦੇ ਲਈ ਸਿੰਪਲੀ ਗੂਗਲ 'ਚ ਜਾਣਾ ਹੈ ਔਰ ਤੁਸੀਂ ਉੱਥੇ ਟਾਈਪ ਕਰਨਾ ਹੋਵੇਗਾ meetacademy.in, ਅਤੇ ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਦੇ ਲਈ ਤੁਸੀਂ ਅਪਲਾਈ ਕਿੱਦਾਂ ਕਰਨਾ ਹੋਵੇਗਾ। ਨੋਟੀਫਿਕੇਸ਼ਨ ਦੇ ਨਾਲ ਨਾਲ ਉਹਨਾਂ ਨੇ PDF ਦਿੱਤੀ ਹੋਈ ਹੈ ਜਿਹਦੇ ਵਿੱਚ ਤੁਸੀਂ ਐਪਲੀਕੇਸ਼ਨ ਫੋਰਮ ਨੂੰ ਡਾਊਨਲੋਡ ਕਰੋਗੇ ਅਤੇ ਉੱਥੋਂ ਤੁਸੀਂ ਸਾਰੇ ਜਿਹੜੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਐਪਲੀਕੇਸ਼ਨ ਫੋਰਮ ਜਿਹੜਾ ਜੀ ਦੇਖ ਸਕਦੇ ਹੋ, ਇਹ ਤੁਸੀਂ ਇਹਦੇ ਜਗ੍ਹਾ 'ਤੇ ਫੋਟੋਗ੍ਰਾਫ ਲਗਾਉਣੀ ਹੈ ਜਿਹੜੀ ਤੁਸੀਂ ਰੀਸੈਂਟਲੀ ਖਿਚਵਾਈ ਹੋਏਗੀ, ਮਤਲਬ ਜਿਹੜੀ ਤੁਸੀਂ ਹੁਣੇ ਹੁਣੇ ਖਿਚਵਾਈ ਹੈ, ਤੁਹਾਡੀ ਜਿਹੜੀ ਹੈ ਜੀ ਮਹੀਨੇ ਤੋਂ ਪੁਰਾਣੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ, ਤੁਸੀਂ ਆਪਣੀ ਪੂਰੀ ਡਿਟੇਲ, ਤੁਹਾਡਾ ਨਾਮ, ਤੁਹਾਡੇ ਫਾਦਰ ਨੇਮ, ਠੀਕ ਹੈ ਜੀ, ਬਾਕੀ ਸਾਰੀ ਡਿਟੇਲ ਜਿਹੜੀਆਂ ਨੇ ਤੁਸੀਂ ਉਹ ਭਰਨੀਆਂ ਹੋਣਗੀਆਂ, ਜਿਹਦੇ ਵਿੱਚ ਤੁਸੀਂ ਕੈਪੀਟਲ ਵਰਡਸ ਦੇ ਵਿੱਚ ਭਰਨਾ ਹੈ ਜੀ। ਔਰ ਪਲੱਸ ਇਸੇ ਦੇ ਨਾਲ ਅਗਰ ਮੈਂ ਗੱਲ ਕਰਾਂ, ਕਟਿੰਗ ਨਹੀਂ ਹੋਣੀ ਚਾਹੀਦੀ, ਵਰਡਸ ਨੂੰ ਇੱਕ ਦੂਜੇ ਦੇ ਉੱਪਰ ਚੜ੍ਹਾ ਕੇ ਨਹੀਂ ਲਿਖਣਾ ਤੁਸੀਂ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਜਿਹੜਾ ਹੈ ਉਹ ਰੱਖਣਾ ਹੋਵੇਗਾ। ਔਰ ਇਹ ਭਰ ਕੇ ਨਾਲ ਤੁਸੀਂ ਸਾਰੇ ਸਾਰੇ ਆਪਣੇ ਡਾਕੂਮੈਂਟਸ ਜਿਹੜੇ ਨੇ ਉਹ ਲਗਾਉਣੇ ਹੋਣਗੇ, ਚਾਹੇ ਉਹ ਤੁਹਾਡੇ ਪ੍ਰਾਈਵੇਟ ਹੋਣ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਐਕਸਪੀਰੀਅੰਸ ਦੇ ਸਰਟੀਫਿਕੇਟ ਨੇ, ਤਾਂ ਉਹ ਵੀ ਤੁਸੀਂ ਇੱਥੇ ਜਿਹੜੇ ਨੇ ਉਹ ਲਿਖੋਗੇ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਹਦੇ ਲਈ ਕਿਹੜੀ ਕਿਹੜੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਉਹਦੀ ਗੱਲ ਕਰ ਲੈਂਦੇ ਹਾਂ। ਇਸ ਦੇ ਵਿੱਚ PN ਦੀਆਂ ਜਿਹੜੀਆਂ ਨੇ ਉਹ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਠੀਕ ਹੈ ਜੀ, ਜਿਸ ਦੇ ਵਿੱਚ 8 ਵੈਕੈਂਸੀਜ਼ ਜਿਹੜੀਆਂ ਨੇ ਟੋਟਲ ਇਹਦੇ ਵਿੱਚ ਆਊਟ ਹੋਈਆਂ ਨੇ। ਔਰ ਇਹਦੇ ਲਈ 3 ਜਨਰਲ ਦੀਆਂ, BC ਦੀਆਂ 1, PSC ਦੀ 1, ਠੀਕ ਹੈ ਜੀ, ASM ਦੀ 2 ਅਤੇ ਫਰੀਡਮ ਫਾਈਟਰ ਦੀ 1 ਵੈਕੈਂਸੀਜ਼ ਜਿਹੜੀਆਂ ਨੇ ਉਸ ਦੇ ਵਿੱਚ ਰਿਜ਼ਰਵ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ। ਔਰ ਇਸੇ ਦੇ ਨਾਲ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ, ਤੁਹਾਡੀ ਸੈਲਰੀ 18,000 ਸਟਾਰਟਿੰਗ ਸੈਲਰੀ ਜਿਹੜੀ ਹੈ ਜੀ ਉਸ ਦੇ ਵਿੱਚ ਜਿਹੜੀ ਹੈ ਉਹ ਰਹਿਣ ਵਾਲੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਤੁਸੀਂ ਜਿਹੜੀ ਹੈ ਪੰਜਾਬੀ ਨਾਲ ਮਿਡਲ ਪਾਸ ਕੀਤੀ ਹੋਈ, 8ਵੀਂ ਪਾਸ ਕੀਤੀ ਹੋਈ ਹੈ, ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ। ਹੋਰ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ, 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕੋਰਟ ਦੇ ਵਿੱਚ ਵੈਕੈਂਸੀਜ਼ ਨੇ ਔਰ ਇਹ ਐਡਹੋਕ ਬੇਸਿਸ 'ਤੇ ਜਿਹੜੀਆਂ ਨੇ ਉਹ ਵੈਕੈਂਸੀਜ਼ ਰਹਿੰਦੀਆਂ ਨੇ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਜਿਹੜਾ ਹੈ ਉਹ ਰੱਖਣਾ ਹੋਵੇਗਾ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਤਾਂ ਇਹ ਫੋਰਮ ਜਿਹੜਾ ਨਾਲ ਹੀ ਅਟੈਚਡ ਹੈ ਇਸਦੇ, ਔਰ ਇਸ ਦੇ ਵਿੱਚ 20/1/2024 ਤੱਕ ਜਿਹੜਾ ਹੈ ਤੁਸੀਂ ਆਪਣੀਆਂ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਭੇਜ ਸਕਦੇ ਹੋ, ਠੀਕ ਹੈ ਜੀ। ਔਰ ਇਸ ਦੇ ਵਿੱਚ ਇਸ ਤੋਂ ਲੇਟ ਨਹੀਂ ਕਰਨਾ ਤੁਸੀਂ, ਔਰ ਤੁਹਾਨੂੰ ਇਹਦੇ ਲਈ ਇੰਟਰਵਿਊ ਤੁਹਾਡੀ ਹੋਣੀ ਹੈ ਜਿਹਦੇ ਲਈ ਤੁਹਾਨੂੰ ਬੁਲਾਇਆ ਜਾਵੇਗਾ ਔਰ ਟਾਈਮ ਔਰ ਜਗ੍ਹਾ ਸਭ ਦੱਸੀ ਜਾਵੇਗੀ। ਲੇਕਿਨ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਆਪ ਸਾਰੇ ਅਪਡੇਟ ਜਿਹੜੇ ਨੇ ਉਹ ਇਹਨਾਂ ਦੀ ਉੱਥੋਂ ਵੈਬਸਾਈਟ ਤੋਂ ਜਿਹੜੀਆਂ ਨੇ ਉਹ ਲੈਣੇ ਨੇ, ਕਿਤੋਂ ਹੋਰ ਨਹੀਂ ਹੈ। ਤੁਹਾਨੂੰ ਵੈਸੇ ਇਨਫੋਰਮ ਵੀ ਕੀਤਾ ਜਾਵੇਗਾ, ਇਸ ਚੀਜ਼ ਦਾ ਧਿਆਨ ਵੀ ਤੁਸੀਂ ਰੱਖਣਾ ਹੈ ਜੀ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਪਡੇਟ ਹੁੰਦਾ ਹੈ ਉਹਨੂੰ ਸਭ ਤੋਂ ਪਹਿਲਾਂ ਲੈਣ ਦੇ ਲਈ ਤੁਸੀਂ ਸਿੰਪਲੀ ਸਾਡੀ ਵੈਬਸਾਈਟ ਨੂੰ ਰੈਫਰ ਕਰ ਸਕਦੇ ਹੋ। ਇਸ ਪੋਸਟ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਿਹੜਾ ਹੈ ਮੈਂ ਦੇ ਦੇਵਾਂਗਾ, ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ। ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।